ਦੇਖੋ ਜੀ ਜਿਹੜਾ ਇਹ ਚੱਲਦੇ ਹੈਗੇ ਯੂਨਿਟ ਸੈਕਸੀ 2 ਉਹਦਾ ਮੇਨ ਪਰਪਸ ਇਹ ਹੈਗਾ ਕਿ ਜੋ ਪਰਾਲੀ ਨਿਕਲੂਗੀ ਉਹਨੂੰ ਪੈਲਟ ਬਣਾ ਕੇ ਇੰਡਸਟਰੀਅਲ ਯੂਜ਼ ਵਾਸਤੇ ਤਾਂ ਇੱਕ ਡਬਲ ਬੈਨੀਫਿਟ ਹੈਗਾ ਜੇਕਰ ਇੱਕ ਰਹਿੰਦ ਖੂੰਹਦ ਨੂੰ ਕੋਈ ਅੱਗ ਲਾਉਂਦਾ ਹੈਗਾ ਉਹਦੀ ਬਜਾਏ ਜੇ ਉਹਨੂੰ ਯੂਟੀਲਾਈਜ਼ ਕਰਕੇ ਕਿਸੇ ਪਰਪਸ ਵਾਸਤੇ ਯੂਜ਼ ਹੁੰਦਾ ਹੈ ਤਾਂ ਉਹ ਕਾਫੀ ਬੈਨੀਫਿਸ਼ੀਅਲ ਹੈਗਾ ਤਾਂ ਇਦਾਂ ਦੇ ਹੋਰ ਯੂਨਿਟਸ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੈਟਅਪ ਹੋਣ ਇਹਦੇ ਨਾਲ ਹੀ ਨਾਲ ਜਿਹੜਾ ਐਕਸੀ 2 ਮੈਨੇਜਮੈਂਟ ਹੈ ਉਹ ਪੈਲਟ ਯੂਨਿਟ ਦੇ ਥਰੂ ਕਰਦੇ ਹਾਂ ਅਸੀਂ ਜਿਹੜਾ ਇਨਸੀ 2 ਹੈਗੀ ਉਹਦੇ 'ਚ ਸਾਡੀ ਕੋਸ਼ਿਸ਼ ਹੈਗੀ ਕਿ ਜੇ ਇਨਸੀ 2 ਮਸ਼ੀਨਰੀ ਯੂਜ਼ ਕਰਕੇ ਕਿਸਾਨ ਉਸ ਨੂੰ ਹੀ ਮਿੱਟੀ 'ਚ ਮਲਚ ਕਰਕੇ ਆਪਣੀ ਜੋ ਪ੍ਰੋਡਕਟੀਵਿਟੀ ਹੈ ਉਹ ਵੀ ਮਿੱਟੀ ਦੀ ਕੁਆਲਿਟੀ ਵੀ ਵਧਾਉਣ ਤਾਂ ਇਦਾਂ ਦੇ ਯੂਨਿਟਸ ਵੀ ਅਤੇ ਡੰਪਿੰਗ ਯਾਰਡਸ ਵੀ ਅਸੀਂ ਬਣਾ ਰਹੇ ਹਾਂ ਅਤੇ ਸਾਰੇ ਕਿਸਾਨਾਂ ਨੂੰ ਜਿਹੜੇ ਸਾਡੇ ਜ਼ਮੀਨਦਾਰ ਹੈਗੇ ਉਹਨਾਂ ਨੂੰ ਮੇਰੀ ਪੁਰਜ਼ੋਰ ਬੇਨਤੀ ਹੈਗੀ ਅਤੇ ਸਾਡੀ ਕੋਸ਼ਿਸ਼ ਹੈਗੀ ਕਿ ਹਰ ਕਿਸੇ ਨੂੰ ਮਸ਼ੀਨਰੀ ਮੁਹੱਈਆ ਕਰਾਈ ਜਾਣ ਜਿਹੜੇ ਪਲਾਂਟਸ ਹੁੰਦੇ ਉਹਨਾਂ ਦੇ ਨਾਲ ਐਗਰੀਗੇਟਰਸ ਵੀ ਹੁੰਦੇ ਆ ਤਾਂ ਬੇਲਰਸ ਵੀ ਉਹਨਾਂ ਦੇ ਕੋਲ ਹੁੰਦੇ ਹੈਗੇ ਤਾਂ ਜਿੱਦਾਂ ਦੇ ਕਿ ਇੱਥੇ ਨੇੜੇ ਤੇੜੇ ਦੇ ਸਾਰੇ ਪਿੰਡਾਂ ਦਾ ਐਕਸੀ 2 ਮੈਨੇਜਮੈਂਟ ਕਾਫੀ ਵਧੀਆ ਹੋ ਰਿਹਾ ਹੈ ਤਾਂ ਸਾਡੇ ਵਾਸਤੇ ਬਹੁਤ ਵਧੀਆ ਇੱਕ ਉਪਰਾਲਾ ਹੈ ਇਸ ਤਰ੍ਹਾਂ ਵਰਦਾਨ ਸਾਬਿਤ ਹੋ ਰਿਹਾ ਇਸ ਤਰ੍ਹਾਂ ਕਿ ਯੂਨਿਟ ਦੇ ਇਲਾਵਾ ਇਸ ਤਰ੍ਹਾਂ ਹੋਰ ਖੇਤੀਬਾੜੀ ਦੇ ਹੋਰ ਵੀ ਕੰਮ ਹੁਣ ਮਿਲ ਰਹੇ ਆ ਖਾਸ ਤੌਰ ਤੇ ਇਹਨਾਂ ਕਹਾ ਤਾਂ ਸਪਲਾਈ ਵੀ ਹੁਣ ਥਰਮਲ ਨਾਲ ਹੋ ਗਈ ਹੈ ਰਾਜਪੁਰੇ ਨਾਲ ਮੰਨ ਲਓ ਪਰਾਲੀ ਦੀ ਬੜੀ ਸਮੱਸਿਆ ਨਿਜਾਤ ਮਿਲੇਗੀ ਲੋਕਾਂ ਦੇਖੋ ਮੈਂ ਉਹੀ ਕਹਿ ਰਹੀ ਕਿ ਇੱਕ ਸਾਈਕਲ ਹੈ ਇਕਨੋਮਿਕ ਸਾਈਕਲ ਬਣ ਗਈ ਹੈਗੀ ਤਾਂ ਇਦਾਂ ਦੇ ਉਪਰਾਲੇ ਜਿੱਥੇ ਬੈਨੀਫੀਸ਼ੀਅਲ ਹੋ ਰਹੇ ਹੈਗੇ ਅਤੇ ਨਾਲ ਹੀ ਨਾਲ ਇੱਕ ਜਿਸ ਤੋਂ ਬੜੀ ਬਿਮਾਰੀ ਤੋਂ ਅਸੀਂ ਫਾਈਟ ਆਊਟ ਕਰ ਰਹੇ ਹਾਂ ਕਿ ਜੀ ਪੋਲਿਊਸ਼ਨ ਸਟਬਲ ਬਰਨਿੰਗ ਦੀ ਤਾਂ ਉਹਦਾ ਵੀ ਨਿਜਾਤ ਸਾਨੂੰ ਮਿਲ ਰਿਹਾ ਹੈਗਾ ਤਾਂ ਬਹੁਤ ਵਧੀਆ ਇਹ ਹੈਗਾ ਜਿਹਦੇ 'ਚ ਪੂਰੀ ਸਾਈਕਲ 'ਚ ਕਾਫੀ ਐਕਟਰਸ ਹੋ ਗਏ ਇੰਪਲੋਇਮੈਂਟ ਜਨਰੇਟ ਵੀ ਹੋ ਰਿਹਾ ਹੈਗਾ ਅਤੇ ਆਪਣਾ ਹੀ ਜੋ ਵੇਸਟ ਹੈਗਾ ਉਹਨੂੰ ਆਪਾਂ ਇੱਕ ਤਰੀਕੇ ਨਾਲ ਲੈ ਕੇ ਸਕਦੇ ਹਾਂ ਰੀਸਾਈਕਲ ਕਰਕੇ ਉਹਨੂੰ ਪ੍ਰੋਡਕਟਿਵ ਕੰਮ ਵਾਸਤੇ ਯੂਜ਼ ਕਰ ਰਹੇ ਹਾਂ ਮੈਨੂੰ ਜਿਸ ਤਰ੍ਹਾਂ ਸਟੋਰ ਕਰਦੇ ਹਾਂ ਕਈ ਵਾਰ ਅੱਗ ਦੀ ਘਟਨਾਵਾਂ ਆ ਜਾਂਦੀਆਂ ਇਹਨਾਂ ਨੂੰ ਉਸਕਾ ਕੰਪਨਸੇਸ਼ਨ ਨਹੀਂ ਮਿਲਦਾ ਅਸੀਂ ਪਿਛਲੇ ਦਿਨ ਇਹਨਾਂ ਕਿ ਦੇਖੋ ਜਿਹੜੇ ਡਿਜ਼ਾਸਟਰ ਹੁੰਦੇ ਆ ਉਹ ਸੈਪਰੇਟ ਹੁੰਦਾ ਹੈਗਾ ਬਟ ਸਟੈਕਿੰਗ ਔਰ ਜੋ ਸਟਾਕਿੰਗ ਹੈਗੀ ਉਹਦੇ 'ਚ ਪ੍ਰੋਪਰ ਪ੍ਰੀਕੋਸ਼ਨਸ ਲੈਣ ਦੀ ਲੋੜ ਹੁੰਦੀ ਹੈਗੀ ਤਾਂ ਅੱਜ ਕੋਈ ਨੈਚੁਰਲ ਕੁਝ ਹੋ ਜਾਂਦਾ ਹੈਗਾ ਤਾਂ ਉਹਨੂੰ ਉਹਦੀ ਭਰਪਾਈ ਵੀ ਧੀਰੇ ਧੀਰੇ ਹੋ ਜਾਂਦੀ ਹੈਗੀ ਬਟ ਇਹ ਹੈਗਾ ਕਿ ਹੁਣ ਸੀਜ਼ਨ ਚੱਲ ਰਿਹਾ ਹੈਗਾ ਤਾਂ ਸਾਡੇ ਕੋਲ ਸਟੇਬਲ ਇਨਫ ਹੈਗੀ ਤਾਂ ਉਹਨੂੰ ਹੋਰ ਰਿਪਲੈਨਿਸ਼ ਕਰ ਸਕਦੇ ਹਾਂ ਸਰਕਾਰ ਹੋਰ ਯੂਨਿਟ ਲਗਣ ਮੰਨ ਲਓ ਡਿਸਟ੍ਰਿਕਟ ਦੇ ਵਿੱਚ ਪਟਿਆਲਾ ਡਿਸਟ੍ਰਿਕਟ ਦੇ ਇਸ ਤਰ੍ਹਾਂ ਦੇ ਤਾਂ ਉਸਕੇ ਲਈ ਤੁਹਾਡੇ ਵੱਲੋਂ ਔਰ ਸਰਕਾਰ ਵੱਲੋਂ ਕਿਸ ਤਰ੍ਹਾਂ ਦੇਖੋ ਇਹਦੇ 'ਚ ਮੇਰੀ ਤਾਂ ਬੇਨਤੀ ਹੈਗੀ ਸਾਰਿਆਂ ਨੂੰ ਕਿ ਜੀ ਸਬਸਿਡੀ ਵੀ ਮਿਲਦੀ ਹੈਗੀ ਅਤੇ ਇੱਕ ਆਪਣਾ ਲੋਕਲੀ ਇੱਕ ਜੋ ਅਵੇਲੇਬਲ ਹੈਗਾ ਮਟੀਰੀਅਲ ਉਹਨੂੰ ਯੂਟੀਲਾਈਜ਼ ਕਰਕੇ ਚਾਹੇ ਕਾਰਡਬੋਰਡ ਇੰਡਸਟਰੀ ਹੋ ਗਈ ਹੁਣ ਤਾਂ ਪਰਾਲੀ ਤੋਂ ਬਹੁਤ ਕੁਝ ਹੋ ਰਿਹਾ ਹੈਗਾ ਤਾਂ ਮੈਂ ਇਨੋਵੇਸ਼ਨਸ ਵੀ ਬਹੁਤ ਆ ਰਹੇ ਹੈ ਗਵਰਨਮੈਂਟ ਸਬਸਿਡੀ ਵੀ ਦਿੰਦੀ ਹੈ ਲੈਂਡ ਵੀ ਅਸੀਂ ਲੀਜ਼ 'ਤੇ ਦੇ ਰਹੇ ਹਾਂ ਘੱਟ ਰੇਟ 'ਤੇ ਤਾਂ ਜਿੰਨੇ ਵੱਧ ਤੋਂ ਵੱਧ ਇਹਦਾ ਪ੍ਰੋਫਿਟ ਲੈ ਸਕਦੇ ਹਾਂ ਲੈਣ ਤਾਂ ਕਿ ਇੱਕ ਸਾਈਕਲ ਸਾਡੀ ਜਨਰੇਟ ਹੋ ਜਾਣ ਕਿ ਇੱਕ ਦਾ ਵੇਸਟ ਦੂਜੇ ਵਾਸਤੇ ਕਿਸੇ ਯੂਟੀਲਿਟੀ ਵਾਸਤੇ ਯੂਜ਼ ਹੋ ਸਕੇ ਠੀਕ ਹੈ ਥੈਂਕ ਯੂ ਥੋੜ੍ਹਾ ਇਧਰ ਆ ਜੀ ਜੀ ਜਿਸ ਤਰ੍ਹਾਂ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਜਿਹੜੀ ਹੁਣ ਪਰਾਲੀ ਦਾ ਪੋਲੂਸ਼ਨ ਹੈ ਇਹਦੇ ਨਾਲ ਕਾਫੀ ਜ਼ਿਆਦਾ ਸਾਹ ਲੈਣ ਦੀ ਦਿੱਕਤ ਬੰਦਿਆਂ ਨੂੰ ਅਤੇ ਪੋਲੂਸ਼ਨ ਦਾ ਸੜਕਾਂ ਦੇ ਉੱਪਰ ਧੂੰਆਂ ਇਸ ਚੀਜ਼ ਤੋਂ ਬਹੁਤ ਬੜੀ ਨਿਜਾਤ ਮਿਲੇਗੀ ਆਪਾਂ ਨੂੰ ਇਹਦੇ ਨਾਲ ਜਿਵੇਂ ਅਸੀਂ ਪਰਾਲੀ ਤੋਂ ਫਿਊਲ ਬਣਾ ਕੇ ਕੋਲੇ ਭੱਠਿਆਂ ਨੂੰ ਦੇ ਰਹੇ ਹਾਂ ਜਾਂ ਥਰਮਲ ਪਾਵਰ ਪਲਾਂਟਸ ਦੇ ਰਹੇ ਹਾਂ ਉਹਦੇ ਨਾਲ ਕੀ ਹੈਗਾ ਜਿਹੜਾ ਕੋਲੇ ਦੇ ਪੋਲੂਸ਼ਨ ਸੀਗਾ ਫੋਜ਼ਿਲ ਫਿਊਲ ਦਾ ਉਹ ਵੀ ਘੱਟ ਹੋ ਰਿਹਾ ਹੈ ਅਤੇ ਸਾਡੀ ਇਸ ਯੂਨਿਟ ਦੀ ਕਪੈਸਿਟੀ 100 ਟਨ ਪਰ ਡੇ ਹੈ ਜਿਹਦੇ ਵਾਸਤੇ ਸਾਨੇ ਤਕਰੀਬਨ ਪਿਛਲੇ ਸਾਲ 75,000 ਟਨ ਪਰਾਲੀ ਇਕੱਠੀ ਕੀਤੀ ਸੀ ਇਸ ਸਾਲ ਵੀ ਸਾਡਾ ਟਾਰਗੇਟ 60 ਤੋਂ 70,000 ਟਨ ਪਰਾਲੀ ਇਕੱਠੀ ਕਰਨ ਦਾ ਹੈ 100 ਟਨ ਡੇਲੀ ਹੋ ਰਿਹਾ 100 ਟਨ ਡੇਲੀ ਮਤਲਬ ਪੈਲਟ ਬਣਦੀ ਸਾਡੇ ਕੋਲ ਪਰਾਲੀ ਬਹੁਤ ਜ਼ਿਆਦਾ ਜੀ ਪਰਾਲੀ ਦੀ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਪਰਾਲੀ ਸਮਾਣੇ ਦੇ ਵਿੱਚ 1,70,000 ਟਨ ਪਰਾਲੀ ਹੈ ਸਮਾਣਾ ਤਹਿਸੀਲ 'ਚ ਜਿਹਦੇ ਵਿੱਚੋਂ ਅਸੀਂ 70-80,000 ਟਨ ਪਰਾਲੀ ਇਕੱਠੀ ਕਰ ਰਹੇ ਹਾਂ ਆਪਣੇ ਡਿਸਟ੍ਰਿਕਟ 'ਚ ਸਾਡਾ ਯੂਨਿਟ ਹੈਗਾ ਜੀ 2 ਯੂਨਿਟ ਹੋਰ ਨੇ ਅਤੇ ਅਸੀਂ ਆਨਲ ਡੈਮ 'ਚ 2 ਯੂਨਿਟ ਹੋਰ ਲਗਾ ਰਹੇ ਹਾਂ ਰੁਜ਼ਗਾਰ ਦੀ ਗੱਲ ਕਰੀਏ ਤਾਂ ਜੀ ਸਾਡੇ ਕੋਲ ਇਸ ਟਾਈਮ ਤਕਰੀਬਨ 50 ਬਿਲਰ ਵਾਲੇ ਚੱਲ ਰਹੇ ਨੇ ਜਿਹੜੇ ਕਿ ਪਰਾਲੀ ਇਕੱਠੀ ਕਰਕੇ ਸਾਡੇ ਕੋਲ ਲੈ ਕੇ ਆਉਂਦੇ ਨੇ ਖੇਤਾਂ ਦੇ ਵਿੱਚੋਂ 50 ਬਿਲਰ ਦੇ ਨਾਲ ਇੱਕ ਬਿਲਰ ਦੇ ਨਾਲ ਘੱਟ ਤੋਂ ਘੱਟ 30 ਤੋਂ 35 ਜੁੜੇ ਬੰਦੇ ਜੁੜੇ ਹੋਏ ਨੇ ਤਕਰੀਬਨ 2,000 ਤੋਂ ਲੈ ਕੇ 3,000 ਬੰਦੇ ਨੂੰ ਰੁਜ਼ਗਾਰ ਮਿਲਿਆ ਹੋਇਆ ਸਾਡੇ ਯੂਨਿਟ ਤੋਂ ਬੈਨੀਫਿਟ ਹੋ ਰਿਹਾ ਲੋਕਾਂ ਨੂੰ ਦੇਖੋ
एक बहुत वड्डा उदाहरण है साडे पंजाब वास्ते कि एक ऐदा दे बंदिया ने ऐदा दे यूथ ऐदा दे साडे एक समाणा तहसील दे बंदिया ने जिहड़े कि पहला एक ਭੱਠਿਆਂ ਦੇ ਨਾਲ ਜੁੜੇ ਹੋਏ ਰੋਜ਼ਗਾਰ ਉਹਦੇ ਨਾਲ ਕੰਮ ਕਰ ਰਹੇ ਸੀ ਇਹਨਾਂ ਨੇ ਆਪਣੀ ਸੋਚ ਬਦਲ ਕੇ ਇੱਕ ਇੱਦਾਂ ਦੀ ਸੋਚ ਅਪਣਾਈ ਕਿ ਅਸੀਂ ਇਹ ਕੰਮ ਵੀ ਕਰ ਸਕਦੇ ਹਾਂ ਅਤੇ ਬਹੁਤ ਵੱਡਾ ਐਗਜ਼ਾਮਪਲ ਉਦਾਹਰਣ ਦਿੱਤਾ ਇਹਨਾਂ ਨੇ ਸਾਰੀ ਇੰਡਸਟਰੀਅਲ ਕਮਿਊਨਿਟੀ ਵਾਸਤੇ ਕਿ ਇੱਕ ਤਾਂ ਬਾਇਓਮਾਸ ਪੈਲਟ ਜਾਂ ਆਪਾਂ ਕਹੀਏ ਪਰਾਲੀ ਤੋਂ ਨਿਜਾਤ ਪਾਉਣ ਨੂੰ ਜੋ ਅੱਜ ਦੀ ਸਭ ਤੋਂ ਇੰਪੋਰਟੈਂਟ ਅਤੇ ਗੰਭੀਰ ਇਸ਼ੂ ਬਣਿਆ ਹੋਇਆ ਸਾਰੇ ਪੰਜਾਬ ਵਾਸਤੇ ਨਹੀਂ ਸੁਪਰੀਮ ਕੋਰਟ ਵੀ ਇਸ ਚੀਜ਼ ਨੂੰ ਨੋਟ ਕਰ ਰਿਹਾ ਔਰ ਰੋਜ਼ ਕੋਈ ਨਾ ਕੋਈ ਬੜੇ ਸਟ੍ਰਿਕਟ ਡਿਸੀਜ਼ਨਸ ਆ ਰਹੇ ਨੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਹ ਸਮਝਦਾ ਇਹ ਇੱਦਾਂ ਦੇ ਯੂਨਿਟ ਸਾਡੇ ਵਾਸਤੇ ਇੱਕ ਬਹੁਤ ਠੰਡੀ ਹਵਾ ਜਾਂ ਇੱਕ ਇੱਦਾਂ ਦੀ ਸਾਡੇ ਵਾਸਤੇ ਇੱਕ ਸਾਨੂੰ ਵਿੱਚੋਂ ਕੱਢਣ ਵਾਲੇ ਉਹ ਯੂਨਿਟ ਨੇ ਕਿ ਜਿਹੜੇ ਕਿ ਹਰ ਇੱਕ ਜ਼ਿਲ੍ਹਾ ਚਾਹੂਗਾ ਕਿ ਸਾਡੇ ਵਿੱਚ ਇੱਦਾਂ ਦੇ ਯੂਨਿਟ ਲੱਗਣ ਔਰ ਅਸੀਂ ਹੋਰ ਜਿਨ੍ਹਾਂ ਤੋਂ ਵੱਧ ਪਰਾਲੀ ਇਕੱਠੇ ਕਰਕੇ ਪੈਲਟ ਬਣਾ ਰੱਖੀਏ ਦੂਜਾ ਅੱਜ ਦਾ ਜਿਹੜਾ ਯੁੱਗ ਹੈ ਉਹ ਨਵੀਂ ਤਕਨੀਕ ਦਾ ਯੁੱਗ ਅਤੇ ਪਲੱਸ ਉਸ ਯੁੱਗ ਆ ਗਿਆ ਆ ਚੁੱਕਾ ਕਿ ਜਿੱਥੇ ਰੀਸਾਈਕਲ ਐਂਡ ਰੀਯੂਜ਼ ਦਾ ਯੁੱਗ ਆ ਚੁੱਕਾ ਜਿੱਥੇ ਤੁਸੀਂ ਕੋਈ ਵੀ ਜਿਹੜੀ ਵੇਸਟ ਕੋਈ ਵੀ ਚੀਜ਼ ਹੈ ਉਹਦਾ ਤੁਸੀਂ ਦੁਬਾਰਾ ਕਿੱਦਾਂ ਨਵੀਂਕਰਨ ਕਰ ਨਵੇਂ ਚੀਜ਼ ਬਣਾ ਕੇ ਤੁਸੀਂ ਕਿਵੇਂ ਤੁਸੀਂ ਉਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ ਔਰ ਬਾਇਓਮਾਸ ਪੈਲਟ ਦੇਖੋ ਥਰਮਲ ਪਾਵਰ ਪਲਾਂਟ 'ਚ ਲੱਗਣਾ ਔਰ ਇਹਨਾਂ ਦਾ ਜਦੋਂ ਕੰਟਰੈਕਟ ਹੋਇਆ ਹੈ NPL ਨਾਲ ਇਹ ਕੋਈ ਛੋਟੀ ਗੱਲ ਨਹੀਂ ਦੂਜੀ ਗੱਲ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਕਿ ਮੈਂ ਇਹ ਰਾਜੀਵ ਜੀ ਨੂੰ ਅਤੇ ਮੁਨੀਸ਼ ਜੀ ਨੂੰ ਤਾਂ ਟੀਮ ਨੂੰ ਮੈਂ ਪਿਛਲੇ 10 ਸਾਲਾਂ ਤੋਂ ਜਾਣਦਾ ਹਾਂ ਅਤੇ ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਇਹ ਸਮਾਣੇ ਦਾ ਨਾਮ ਇਹ ਇਕੱਲਾ ਪੰਜਾਬ ਵਾਸਤੇ ਨਹੀਂ ਇਹ ਪੂਰੇ ਇੰਡੀਆ ਵਿੱਚ ਇਹਨਾਂ ਨੇ ਰੋਸ਼ਨ ਕੀਤਾ ਯੂਨਿਟ ਲਾ ਕੇ